ਗ੍ਰਾਮੀਣ ਡਾਕ ਸੇਵਕਾਂ ਵੱਲੋਂ 11 ਹੋਰ ਮਜ਼ਦੂਰ ਜਥੇਬੰਦੀਆਂ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਇੱਕ ਦਿਨ ਦੀ ਪੂਰੇ ਦੇਸ਼ ਵਿੱਚ ਮੁਕੰਮਲ ਹੜਤਾਲ ਕੀਤੀ ਗਈ, ਜਿਸ ਦੇ ਤਹਿਤ ਗ੍ਰਾਮੀਣ ਡਾਕ ਸੇਵਕਾਂ ਨੇ ਅੱਜ ਸਬ ਪੋਸਟ ਆਫਿਸ ਫਾਜ਼ਿਲਕਾ ਦੇ ਬਾਹਰ ਧਰਨਾ ਦੇ ਕੇ ਮੋਦੀ ਸਰਕਾਰ ਅਤੇ ਭਾਰਤੀ ਡਾਕ ਵਿਭਾਗ ਦੇ ਅਹਲਾ ਅਧਿਕਾਰੀਆਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪਿੱਠ ਸਿਆਪਾ ਕੀਤਾ। ਗ੍ਰਾਮੀਣ ਡਾਕ ਸੇਵਕਾਂ ਵੱਲੋਂ ਕੀਤੀ ਗਈ ਇਸ ਇੱਕ ਦਿਨ ਦੀ ਹੜਤਾਲ ਕਾਰਨ ਪੂਰੇ ਭਾਰਤ ਅੰਦਰ ਡਾਕ ਸੇਵਾਵਾਂ ਠੱਪ ਰਹੀਆਂ ਅਤੇ ਲੋਕਾਂ ਨੂੰ ਇਸ ਹੜਤਾਲ ਦੇ ਕਾਰਨ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਆਓ ਵੇਖਦੇ ਹਾਂ ਗ੍ਰਾਮੀਣ ਡਾਕ ਸੇਵਕਾਂ ਵੱਲੋਂ ਹੜਤਾਲ ਦੌਰਾਨ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀਆਂ ਤਸਵੀਰਾਂ। ਵੇਖਦੇ ਰਹੋ ਪੰਜਾਬ ਬਾਣੀ ਨਿਊਜ਼ ਚੈਨਲ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ। ਹਾਂਜੀ, ਮੈਂ ਸੁਰਿੰਦਰ ਸਿੰਘ, ਡਿਵੀਜ਼ਨ ਸੈਕਟਰੀ ਫਿਰੋਜ਼ਪੁਰ, ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਵੱਲੋਂ ਅਸੀਂ ਧਰਨਾ ਦੇ ਰਹੇ ਹਾਂ ਜੀ। ਅਤੇ ਇਹ ਧਰਨਾ ਸਾਡੀਆਂ 10 ਮੰਗਾਂ ਜਿਹੜੀਆਂ ਨੇ ਪ੍ਰੋਗਰਾਮ 10 ਮੰਗਾਂ ਸੂਤਰੀ ਪ੍ਰੋਗਰਾਮ 'ਚ ਲੈ ਕੇ ਚੱਲੇ ਹੋਏ ਹਾਂ। ਪੂਰੇ ਹਿੰਦੁਸਤਾਨ ਵਿੱਚ ਅੱਜ ਧਰਨਾ ਜਿਹੜਾ ਦਿੱਤਾ ਜਾ ਰਿਹਾ। ਕੀ ਮੰਗਾਂ ਨੇ ਜੀ ਸਾਡੀ? ਜੀ ਪਹਿਲੀ ਮੰਗ ਹੈਗੀ ਜੀ, ਸਾਨੂੰ ਜਿਹੜਾ 8 ਘੰਟੇ ਜਿਹੜੀ ਡਿਊਟੀ ਸਾਨੂੰ ਪਰਮਾਨੈਂਟ ਕੀਤਾ ਜਾਵੇ। 150 ਤੋਂ ਜ਼ਿਆਦਾ ਪੁਰਾਣਾ ਮਹਿਕਮਾ ਹੋਣ ਦੇ ਬਾਵਜੂਦ ਵੀ ਸਾਨੂੰ ਅੱਜ ਵੀ ਜਿਹੜਾ ਕੱਚਾ ਰੱਖਿਆ ਹੈ ਅਤੇ ਸਾਨੂੰ ਕੋਈ ਫੈਸਿਲਿਟੀ ਨਹੀਂ ਪੂਰੀ ਮਿਲ ਰਹੀ। ਇਸ ਤੋਂ ਬਾਅਦ ਜੀ ਜੇ ਸਾਡੀਆਂ ਮੰਗਾਂ ਹੁਣ ਵੀ ਨਾ ਪੂਰੀਆਂ ਕੀਤੀਆਂ ਗਈਆਂ, ਅਸੀਂ 19 ਤਰੀਕ ਨੂੰ ਪਿੱਛੇ 12ਵੇਂ ਮਹੀਨੇ 'ਚ ਅਸੀਂ ਉਦੋਂ ਵੀ ਇੱਕ ਦਿਨ ਲਈ ਹੰਗਰ ਫਾਸਟ ਕਰ ਚੁੱਕੇ ਹਾਂ, ਅਤੇ ਜੇ ਹੁਣ ਵੀ ਸਾਡੀਆਂ ਮੰਗਾਂ ਅੱਜ ਨਾ ਮੰਨੀਆਂ ਗਈਆਂ ਤਾਂ ਅਸੀਂ ਆਉਣ ਵਾਲੇ ਸਮੇਂ ਵਿੱਚ ਮਾਰਚ ਅਪ੍ਰੈਲ ਜਾਂ ਜਦੋਂ ਵੀ ਸਾਨੂੰ ਉੱਪਰੋਂ ਸਾਡੇ ਮਾਣਯੋਗ SS ਮਾਧਵਈਆ ਜਨਰਲ ਸੈਕਟਰੀ ਹਿੰਦੁਸਤਾਨ ਜੋ ਹੁਕਮ ਕਰਨਗੇ ਅਤੇ ਅਣਮਿੱਥੇ ਸਮੇਂ ਦੀ ਸਾਨੂੰ ਲੱਗਦਾ ਜੇ ਹੜਤਾਲ ਆਈ ਤਾਂ ਅਸੀਂ ਡਟ ਕੇ ਉਹ ਕਰਾਂਗੇ। ਇਹ ਧਰਨਾ ਜੀ ਇਹ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਉੱਤੇ ਦਿੱਤਾ ਗਿਆ। ਮੈਂ ਸ਼ਗਨ ਲਾਲ ਪਨੇਜਾ, ਸਹਾਇਕ ਸਕੱਤਰ ਪੰਜਾਬ ਸਰਕਲ, ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਧਰਨੇ, ਰੈਲੀਆਂ, ਮੁਜ਼ਾਹਰੇ ਸਾਡਾ ਕਰਨਾ ਸ਼ੌਂਕ ਨਹੀਂ, ਪਰ ਇਹ ਜਿਹੜੀ ਮੋਦੀ ਦੀ ਸਰਕਾਰ ਏ, ਇਹ ਦੁਬਾਰੇ ਭਾਵੇਂ ਬਣ ਗਿਆ ਲੇਕਿਨ ਇਹ ਯੂਨੀਅਨ ਦੇ ਹੱਕ ਦੇ ਵਿੱਚ ਨਹੀਂ ਹੈਗਾ। ਇਹ ਜਾਣ ਬੁੱਝ ਕੇ ਇਸ ਤਰ੍ਹਾਂ ਕਰਦਾ ਵੀ ਇਹ ਯੂਨੀਅਨਾਂ ਜਿਹੜੀਆਂ ਨੇ ਧਰਨੇ ਲਾਉਣ, ਮੁਜ਼ਾਹਰੇ ਕਰਨ, ਕਿਉਂਕਿ ਸਾਨੂੰ ਲਗਭਗ 85 ਸਾਲ ਤੋਂ ਸਾਡੀ ਅਪੁਆਇੰਟਮੈਂਟ ਹੋਈ ਹੈ ਸਾਥੀਓ, ਅਤੇ ਹਾਲੇ ਤੱਕ ਜਿਹੜੀ ਮੋਦੀ ਸਰਕਾਰ ਇਹਨੇ ਸਾਨੂੰ 8 ਘੰਟੇ ਡਿਊਟੀ ਨਹੀਂ ਕੀਤੀ, ਅਤੇ ਜਿਹੜੇ ਕੰਮ ਸਾਡੇ ਨਾਲ ਲਾਏ ਹੋਏ ਨੇ ਇਹ 15-20 ਤਰ੍ਹਾਂ ਦੇ ਲਗਾਏ ਹੋਏ ਨੇ, ਜਿਹਦੇ ਵਿੱਚ ਬੈਂਕ ਦਾ ਕੰਮ ਵੀ ਕਰੋ, ਡਾਕ ਵੀ ਵੰਡੋ, ਲੈ ਕੇ ਵੀ ਜਾਓ। ਕੁੱਲ ਮਿਲਾ ਕੇ ਜਿਹੜੀ ਇਹਦੀ ਨੀਤੀ ਹੈ ਉਹ ਸਾਡੇ ਖਿਲਾਫ਼ ਹੈ। ਜਿਹੜਾ ਅਸੀਂ ਧਰਨਾ, ਰੈਲੀ ਜਾਂ ਮੁਜ਼ਾਹਰੇ ਕਰਦੇ ਹਾਂ, ਇਹਦੇ ਵਿੱਚ ਸਾਡਾ ਆਦਾ ਇਹੋ ਵੱਕ ਹੁੰਦਾ ਵੀ ਇਹ ਸਾਡੇ ਘੱਟੋ ਘੱਟ ਸਾਡਾ ਕਹਿਣਾ ਮੰਨੇ, ਸਾਡੇ ਕਹਿਣ ਦੇ ਹਿਸਾਬ 'ਤੇ ਕੰਮ ਕਰੇ, ਲੇਕਿਨ ਸਾਡੇ ਜਿਹੜੇ ਬੰਦੇ ਨੇ ਇਹਨਾਂ ਨੂੰ ਹਰਾਸਮੈਂਟ ਕਰ ਰਿਹਾ, ਉਹ ਕਿਸ ਤਰ੍ਹਾਂ ਵੀ ਜਿਵੇਂ ਕਿ ਸਾਡੀ 12-24-36 3 ਇੰਕਰੀਮੈਂਟ ਸਾਡੀ ਕਮਲੇਸ਼ ਚੰਦਰਾ ਦੀ ਰਿਪੋਰਟ ਦੇ ਵਿੱਚ ਸੀਗੀ, ਇਹਨੇ ਉਹ ਕੋਈ ਨਹੀਂ ਕਬੂਲ ਕੀਤਾ ਹਾਲੇ। ਜਿਹੜੀ ਕਮਲੇਸ਼ ਚੰਦਰਾ ਦੀ ਰਿਪੋਰਟ ਏ ਉਸਨੇ 20-25% ਇਹਨੂੰ ਲਾਗੂ ਕੀਤਾ,
ਜਦਕਿ ਉਹਦੇ ਵਿੱਚ 5 ਲੱਖ ਗਰੰਟੀ ਸੀਗੀ ਜਿਹੜੀ ਇਹਨੇ ਕਿ ਸਾਨੂੰ 2 ਲੱਖ ਦਿੱਤੀ ਹੈ। ਅਤੇ ਅਸੀਂ ਇਹਨੂੰ ਇਹੀ ਕਹਿੰਦੇ ਹਾਂ ਵੀ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਤੂੰ ਮੰਨ, ਇਹ ਜਿਹੜਾ ਸਾਡਾ ਸੰਘਰਸ਼ ਇਹ ਚੱਲਦਾ ਰਹੇਗਾ। ਅੱਜ ਇੱਕ ਦਿਨ ਦੀ ਹੜਤਾਲ ਹੈ, ਇਸ ਤੋਂ ਬਾਅਦ ਸਾਡਾ ਸਰਕਲ ਦੇ ਵਿੱਚ ਰੋਸ ਪ੍ਰਗਟ ਹੋਵੇਗਾ, ਉਸ ਤੋਂ ਬਾਅਦ ਸਾਡਾ ਦਿੱਲੀ ਦੇ ਵਿੱਚ SS ਮਹਾਂਦ ਵੀ ਜਨਰਲ ਸੈਕਟਰੀ ਦੇ ਹੁਕਮ ਦੇ ਅਨੁਸਾਰ ਅਸੀਂ ਉੱਥੇ ਵੀ ਜਾਵਾਂਗੇ, ਉੱਥੇ ਵੀ ਅਸੀਂ ਰੈਲੀ ਕਰਾਂਗੇ, ਧਰਨਾ ਕਰਾਂਗੇ, ਇਹਦੀ ਕੋਠੀ ਦੇ ਅੱਗੇ ਜਾਵਾਂਗੇ, ਬਹੁਤ ਕੁਛ ਕਰਾਂਗੇ। ਜਦ ਤੱਕ ਸਾਡੀਆਂ ਇਹ ਜਾਇਜ਼ ਮੰਗਾਂ ਨਹੀਂ ਮੰਨੂਗਾ, ਸਾਡੇ ਸਾਥੀ GDS ਸਾਥੀ, ਪੋਸਟਮੈਨ ਸਟਾਫ ਸਾਡੇ ਨਾਲ ਏ, MTS ਸਟਾਫ ਸਾਡੇ ਨਾਲ ਏ, ਸਾਨੂੰ ਇਹਨਾਂ ਦਾ ਬੜਾ ਸਹਿਯੋਗ ਦਿੱਤਾ ਜਾ ਰਿਹਾ। ਅੱਜ ਟੋਟਲ ਸਾਰੇ ਹਿੰਦੁਸਤਾਨ ਦੇ ਵਿੱਚ GDS ਯੂਨੀਅਨ, ਪੋਸਟਮੈਨ ਸਟਾਫ ਦੀ ਯੂਨੀਅਨ ਨੇ ਹੜਤਾਲ ਕੀਤੀ ਏ, ਅਤੇ ਹੜਤਾਲ ਸਾਡੀ ਘੱਟੋ ਘੱਟ 70-75% ਦੇ ਕਰੀਬ ਜਾ ਰਹੀ ਏ। ਅਤੇ ਮੈਂ ਦੁਬਾਰੇ 1-2 ਨਾਅਰੇ ਜ਼ਰੂਰ ਲਾਵਾਂਗਾ ਮੋਦੀ ਸਰਕਾਰ ਦੇ ਖਿਲਾਫ, ਮੋਦੀ ਸਰਕਾਰ ਮੁਰਦਾਬਾਦ। ਮੈਂ ਸਵਰਨ ਸਿੰਘ, ਪ੍ਰਬੰਧਕ ਸੈਕਟਰੀ ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਡਿਵੀਜ਼ਨ ਫਿਰੋਜ਼ਪੁਰ, BPM BO ਹਸਤਾ ਕਲਾਂ, SO ਫਾਜ਼ਿਲਕਾ। ਜਿਹੜੀ ਅੱਜ ਦੀ ਸਾਡੀ ਸਟ੍ਰੈਕ ਹੈ, ਇਹ ਸਾਡੇ ਪੂਰੇ ਹਿੰਦੁਸਤਾਨ ਤੋਂ ਸ਼੍ਰੀ SS ਮਹਾਦਵਈਆ, ਮਾਨਯੋਗ ਸਾਡੇ ਜਨਰਲ ਸਕੱਤਰ ਭਾਰਤ, ਅਤੇ ਸ਼੍ਰੀ ਲਖਵਿੰਦਰਪਾਲ ਸਿੰਘ ਸਾਡੇ ਜੋ ਸਰਕਲ ਸੈਕਟਰੀ ਹਨ, ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਕੀਤੀ ਜਾ ਰਹੀ ਹੈ। ਅਤੇ ਇਹ ਪੂਰੇ ਦੇਸ਼ ਦੇ ਵਿੱਚ ਲਗਭਗ ਮੁਕੰਮਲ ਗ੍ਰਾਮੀਣ ਡਾਕ ਸੇਵਕ ਯੂਨੀਅਨ ਵੱਲੋਂ ਹੜਤਾਲ ਹੈ ਜੀ। ਅਤੇ ਨਾਲ ਸਾਡੇ ਪੋਸਟਮੈਨ ਕੈਡਰ ਦੀਆਂ ਅਲੱਗ ਅਲੱਗ ਜਥੇਬੰਦੀਆਂ ਦੇ ਮੁਲਾਜ਼ਮ ਵੀ ਸਾਡੇ ਨਾਲ ਅੱਜ ਇਸ ਇੱਕ ਦਿਨ ਦੀ ਹੜਤਾਲ ਵਿੱਚ ਆਪਣੀ ਸ਼ਮੂਲੀਅਤ ਕਰ ਰਹੀਆਂ ਹਨ। ਇਹ ਜਿਹੜੀ ਸਾਡੀ ਹੜਤਾਲ ਹੈ ਜੀ, ਸਾਨੂੰ GDS ਨੂੰ ਜੋ ਸ਼੍ਰੀਮਾਨ ਕਮਲੇਸ਼ ਚੰਦਰਾ ਜਿਹਦੀ 7ਵੇਂ ਪੇ ਕਮਿਸ਼ਨ ਦੀ ਜਿਹੜੀ ਰਿਪੋਰਟ, ਸਾਡੀ ਇੱਕ ਵੱਖਰੀ ਕਮੇਟੀ ਗਠਿਤ ਕਰਕੇ ਸਾਨੂੰ ਉਹਦੇ ਵਾਸਤੇ ਉਹਨੇ ਸਿਫਾਰਿਸ਼ਾਂ ਜੋ ਪੇਸ਼ ਕੀਤੀਆਂ ਸਨ ਕੇਂਦਰ ਦੀ ਮੋਦੀ ਸਰਕਾਰ ਨੂੰ, ਇੱਕ ਤਾਂ ਉਹਨੂੰ ਉਸ ਰਿਪੋਰਟ ਨੂੰ ਤੋੜ ਮਰੋੜ ਕੇ ਸਰਕਾਰ ਅਤੇ ਵਿਭਾਗ ਵੱਲੋਂ ਪੇਸ਼ ਕੀਤਾ ਗਿਆ ਹੈ। ਅਤੇ ਦੂਸਰਾ ਇਹ ਹੈ ਵੀ ਜਦੋਂ 1-1-2016 ਤੋਂ ਰਿਪੋਰਟ ਲਾਗੂ ਕਰਨੀ ਸੀ, ਲੇਕਿਨ ਸਾਡੀ ਇਹ ਰਿਪੋਰਟ ਜਿਹੜੀ ਹੈ ਇਹ ਲਗਭਗ June 2018 ਤੋਂ ਲਾਗੂ ਕੀਤੀ ਗਈ ਹੈ, ਜਿਹਦੇ 'ਚ ਮੁਲਾਜ਼ਮ ਮਾਰੂ ਨੀਤੀ ਰੱਖਣ ਵਾਲੀ ਕੇਂਦਰ ਦੀ ਮੋਦੀ ਸਰਕਾਰ ਅਤੇ ਵਿਭਾਗ ਦੇ ਆਲਾ ਅਧਿਕਾਰੀ ਜਿਹੜੇ ਨੇ ਉਹ ਆਪਣੀ ਸ਼ਾਬਿਸ਼ ਅਤੇ ਆਪਣੀ ਬੱਲੇ ਬੱਲੇ ਦੀ ਕਾਰਨ ਸਾਡਾ ਲਗਭਗ 1-1.25 ਲੱਖ ਰੁਪਇਆ ਏਰੀਅਰ ਜਿਹੜਾ ਇਹ ਸਾਡਾ ਗਰੀਬ ਮੁਲਾਜ਼ਮਾਂ ਦਾ ਖਾ ਚੁੱਕਿਆ ਮਹਿਕਮਾ। ਅਸੀਂ ਇਹਨਾਂ ਹੱਕੀ ਮੰਗਾਂ ਨੂੰ ਮਨਾ ਕੇ ਰਵਾਂਗੇ। ਅਤੇ ਇਹ ਦੂਸਰੀ ਮੰਗ ਸਾਡੀ 12-24-36 ਜਿਹੜਾ ਏਜ ਫੈਕਟਰ ਦਾ ਫਾਰਮੂਲਾ ਸ਼੍ਰੀ ਕਮਲੇਸ਼ ਚੰਦਰਾ ਜੀ ਨੇ ਆਪਣੀ ਸਿਫਾਰਿਸ਼ 'ਚ ਬਿਆਨ ਕੀਤਾ ਸੀ, ਇਹ ਉਹ ਵੀ ਲਾਗੂ ਨਹੀਂ ਕਰ ਰਹੀਆਂ। ਜੋ ਮਤਲਬ ਕਮਲੇਸ਼ ਚੰਦਰਾ ਜੀ ਨੇ ਸਿਫਾਰਿਸ਼ਾਂ ਕੀਤੀਆਂ ਸਨ ਉਸ ਮੁਤਾਬਕ ਸਿਰਫ ਉਹਨਾਂ ਦੇ ਵਿੱਚੋਂ 20% ਮੰਗਾਂ ਨੂੰ ਸਰਕਾਰ ਨੇ ਮਨਜ਼ੂਰੀ ਦਿੱਤੀ ਹੈ, ਜੋ ਕਿ ਅਸੀਂ ਉਹਦੇ 'ਤੇ ਖੁਸ਼ ਨਹੀਂ ਹਾਂ। ਅਤੇ ਅਸੀਂ ਆਪਣਾ ਸੰਘਰਸ਼ ਹੋਰ ਤੇਜ਼ ਕਰਾਂਗੇ, ਅਤੇ ਸਾਨੂੰ ਅਗਰ ਆਪਣੀਆਂ ਜਾਨਾਂ ਵੀ ਕੁਰਬਾਨ ਕਰਨੀਆਂ ਪਈਆਂ ਤਾਂ ਅਸੀਂ ਬਿਲਕੁਲ ਪਿਛਾਂ ਕਦੇ ਨਹੀਂ ਹਟਾਂਗੇ। ਅਤੇ ਜਿਹੜਾ ਸੰਘਰਸ਼ ਹੈ ਸਾਨੂੰ ਕੇਂਦਰ ਦੇ ਸਾਡੇ SS ਮਹਾਦਵਈਆ ਸਾਹਿਬ ਦੇ ਜੋ ਦਿਸ਼ਾ ਨਿਰਦੇਸ਼ ਹੋਣਗੇ ਉਹਨਾਂ ਦੀ ਅਸੀਂ ਹੁਕਮ ਦੀ ਤਮੀਲ ਕਰਦੇ ਹੋਏ ਅਸੀਂ ਬਿਲਕੁਲ ਮਰਨ ਵਰਤੇ ਬਵਾਂਗੇ, ਭੁੱਖ ਹੜਤਾਲਾਂ ਕਰਾਂਗੇ, ਚੱਕੇ ਜਾਮ ਕਰਾਂਗੇ, ਗੱਡੀਆਂ ਰੋਕਾਂਗੇ, ਬੱਸਾਂ ਰੋਕਾਂਗੇ, ਅਸੀਂ ਇਸ ਤੋਂ ਬਾਅਦ ਆਪਣਾ ਸੰਘਰਸ਼ ਹੋਰ ਤੇਜ਼ ਕਰਾਂਗੇ।